ਹੁਣ ਕੱਲ ਗੱਲ ਇੱਕ ਪਾਸੇ ਤਾਂ ਇਹ ਚੱਲ ਰਿਹਾ ਹੈ, ਦੂਜੇ ਪਾਸੇ ਇਕੱਲੇ ਲੀਡਰ ਨਹੀਂ ਜਥੇਦਾਰ ਸਾਹਿਬ ਵੀ ਬਹੁਤ ਗਰਮ ਹੋਏ ਨੇ। ਜਥੇਦਾਰ ਸਾਹਿਬ ਅੱਜ ਕੱਲ ਬੜੀਆਂ ਤਿੱਖੀਆਂ ਸਟੇਟਮੈਂਟ ਦੇ ਰਹੇ ਨੇ। ਕੱਲ ਗੁਰੂ ਮੋਰਚਾ ਜਿਹੜਾ ਸੀ ਨਾ, ਗੁਰੂ ਕੇ ਵਾਗ ਦਾ 100 ਸਾਲ ਹੋ ਗਏ, ਸ਼ਤਾਬਦੀ ਸਮਾਰੋਹ ਉੱਥੇ ਮਨਾਏ ਗਏ, ਤੇ ਉੱਥੇ ਤੁਹਾਨੂੰ ਪਤਾ ਨਾ ਗੁਰੂ ਕਾ ਬਾਗ ਭੂਕੇ ਵਾਲੀ, ਜਿੱਥੇ ਪੰਜਵੀਂ ਪਾਤਸ਼ਾਹੀ ਤੇ ਨੌਵੀਂ ਪਾਤਸ਼ਾਹੀ ਦਾ ਚਰਨ ਛੋਹ ਪ੍ਰਾਪਤ ਗੁਰੂ ਘਰ ਹੈ, ਉੱਥੇ ਜਦੋਂ ਮਹੰਤਾਂ ਤੋਂ ਯਾਦ ਕਰਾਇਆ ਉਸ ਵੇਲੇ ਦੀ ਗੱਲ। ਚੰਗੀ ਗੱਲ ਕੱਲ ਹੋਈ ਹੈ ਕਿ ਇਹਦਾ ਇਤਿਹਾਸ ਵੀ ਵੰਡਿਆ ਗਿਆ ਕੱਲ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਉੱਥੇ ਫਿਰ ਸਾਰੇ ਬੈਠੇ ਸੀ, ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਸੀ, ਉੱਥੇ ਸਰਦਾਰ ਰਜਿੰਦਰ ਸਿੰਘ ਧਾਮੀ ਵੀ ਸੀ, ਤੇ ਜਿਹੜੀ ਧਾਰਮਿਕ ਸੰਸਥਾ ਸੀ, ਤੇ ਬਾਕੀ ਇਹ ਵੀ ਬੈਠੇ ਸੀ, ਪੋਲੀਟੀਕਲ ਲੀਡਰਸ਼ਿਪ ਵੀ ਸੀ ਉੱਥੇ। ਤੇ ਫਿਰ ਬੋਲੇ ਜਿਹੜਾ ਕੁਛ ਬੜਾ ਅਹਿਮ, ਉਹ ਬੋਲੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਲਗਾਤਾਰ ਬੋਲ ਰਹੇ ਨੇ ਤੇ ਕਹਿ ਰਹੇ ਨੇ ਕਿ ਜਿਹੜਾ ਸਿੱਖਾਂ ਨੂੰ ਖਤਰਾ ਬਾਹਰੋਂ ਨਹੀਂ, ਆਪਣੇ ਲੋਕਾਂ ਚੋਂ, ਅੰਦਰਲੇ ਲੋਕਾਂ ਚੋਂ ਹੀ ਹੈ, ਤੇ ਬੜੇ ਹਮਲੇ ਸਿੱਧੇ ਕਰ ਰਹੇ ਨੇ ਹੁਣ ਤਾਂ ਭਾਰਤੀ ਜਨਤਾ ਪਾਰਟੀ ਤੇ। ਕੱਲ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਐਡਰੈਸ ਕਰਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੇ ਹੋਂਦ ਬਚਾਉਣੀ ਹੈ ਤਾਂ ਮੈਂ ਦੱਸਦਾ ਨੁਕਤਾ। ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਚਾਹੀਦਾ ਕਿ ਸਿੱਖੀ ਦਾ ਪ੍ਰਚਾਰ ਕਰੇ, ਇਹ ਪੰਥ ਦਾ ਪ੍ਰਚਾਰ ਕਰੇ, ਇਹ ਜਿਹੜਾ ਸੱਤਾ ਦੀ ਦੌੜ ਦੇ ਵਿੱਚ ਇਹਦਾ ਮੰਤਵ ਸੱਤਾ ਪ੍ਰਾਪਤੀ ਨਹੀਂ ਹੋਣਾ ਚਾਹੀਦਾ, ਇਹਦਾ ਮੰਤਵ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ। ਜੇ ਤੁਸੀਂ ਇਹ ਕਰੋਗੇ ਗੁਰੂ ਤੁਹਾਨੂੰ ਆਪੀ ਸੱਤਾ ਤੱਕ ਲੈ ਜੂਗਾ, ਤੁਸੀਂ ਇਲੈਕਸ਼ਨ ਲੜੋ, ਤੁਸੀਂ MLA ਬਣੋ, MP ਬਣੋ, ਪਰ ਤੁਹਾਡਾ ਮੁੱਖ ਕੰਮ ਜਿਹੜਾ ਹੈ, ਮੁੱਖ ਮੰਤਵ ਉਹ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ ਹੈ। ਇਹ ਗੱਲ ਕੀਤੀ ਗਿਆਨੀ ਹਰਪ੍ਰੀਤ ਸਿੰਘ ਨੇ, ਤੇ ਹੋਰ ਬਹੁਤ ਸਾਰੀਆਂ ਗੱਲਾਂ। ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਹੁਣ ਤੁਹਾਡਾ ਜਿਹੜਾ ਹੈ ਕਈ ਪਾਸਿਓਂ ਅਟੈਕ ਤੁਹਾਡੇ ਤੇ ਹੋ ਰਿਹਾ, ਉਹਨਾਂ ਦੇ ਸਾਰੇ ਇਸ਼ਾਰੇ ਉਹੀ ਸੀ ਜੋ ਦਿੱਲੀ ਦੇ ਵਿੱਚ, ਹਰਿਆਣਾ ਦੇ ਵਿੱਚ ਹੋ ਰਿਹਾ। ਤੇ ਲੇਕਿਨ ਉਹਨਾਂ ਨੇ ਜਿਹੜਾ ਮੰਤਰ ਦਿੱਤਾ ਹੈ ਕਿ ਜੇ ਹੋਂਦ ਬਚਾਉਣੀ ਹੈ ਤਾਂ ਇੱਧਰ ਨੂੰ ਆ ਜਾਓ, ਸੱਤਾ ਪ੍ਰਾਪਤੀ ਵੱਲ ਨਾ ਆਜੋ, ਵੈਸੇ ਗੱਲ ਨਹੀਂ ਸਮਝ ਆਉਂਦੀ। ਪਰ ਜਦੋਂ ਇਹ ਪਾਰਟੀ ਹੈ ਜਿਹੜੀ, ਹੁਣ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਨੂੰ ਮੈਂ ਸੁਣ ਰਿਹਾ ਸੀ, ਬਿਰਸਾ ਸਿੰਘ ਬਟਵਾਲ ਨੂੰ, ਉਹ ਕਹਿੰਦੇ ਗੱਲ ਤਾਂ ਠੀਕ ਹੈ, ਅਸੀਂ ਸੱਤਾ ਪ੍ਰਾਪਤੀ ਦੇ ਚੱਕਰ ਚ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਟੀਚਾ ਭੁੱਲ ਗਏ। ਇਹ ਜਦੋਂ ਬਣਿਆ ਸੀ ਤਾਂ ਪੰਥ ਲਈ ਬਣਿਆ ਸੀ, ਉਹ ਭਾਈ ਜੇ ਪੰਥ ਲਈ ਬਣਿਆ ਸੀ ਪੰਥ ਲਈ ਰਹਿਣ ਕਦੋਂ ਦਿੱਤਾ? ਇਹ ਤਾਂ ਪੰਜਾਬੀ ਪਾਰਟੀ ਬਣ ਗਈ, ਪੰਥ ਤਾਂ ਇਹਦੀ, ਇੱਥੇ ਤਾਂ ਘੋਣੇ ਮੋਣੇ ਬੰਦੇ ਅਹੁਦੇਦਾਰ ਨੇ ਔਰ ਸੀਨੀਅਰ ਅਹੁਦੇਦਾਰ ਨੇ, ਤੇ ਤੁਸੀਂ ਕਿਵੇਂ ਕਹਿ ਦੋ ਜੀ ਪੰਥ ਦੀ ਗੱਲ ਹੈ ਤੇ ਕਿਹੜਾ ਸਿੱਖੀ ਪ੍ਰਚਾਰ? ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸਾਹਿਬ, ਇਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਨੂੰ ਦੇਖ ਲਓ ਕਿਹੋ ਜਿਹਾ। ਤੋ ਜੇ ਤੁਸੀਂ ਸਾਬਤ ਸਰੂਪ ਆਪਣੇ ਬੰਦੇ ਵੀ ਨਹੀਂ ਰੱਖ ਸਕਦੇ, ਫਿਰ ਤੁਹਾਨੂੰ ਲੋਕ ਸਵਾਲ ਕਰਨਗੇ ਹੀ ਕਰਨਗੇ। ਖੈਰ, ਕੱਲ ਇਹ ਗੱਲ ਹੋਈ, ਉੱਥੇ ਫਿਰ ਸੁਖਬੀਰ ਸਿੰਘ ਬਾਦਲ ਬੈਠੇ ਸੀ, ਉਹਨਾਂ ਨੇ ਵੀ ਗੱਲ ਕੀਤੀ। ਉਹ ਕਹਿੰਦੇ ਜੀ ਗੱਲ ਇਹ ਹੈ, ਬਹੁਤ ਸਾਰੇ ਲੋਕ ਸੰਤਾਂ ਦੇ ਭੇਸ਼ ਦੇ ਵਿੱਚ, ਭੇਖ ਦੇ ਵਿੱਚ, ਜਾਨੀ ਸਿੱਧਾ ਅਟੈਕ ਸੰਤ ਬਲਜੀਤ ਸਿੰਘ ਦਾਦੂਵਾਲ ਤੇ ਕਿ ਜੀ ਉਹ ਕਮਜ਼ੋਰ ਕਰ ਰਹੇ ਨੇ, ਉਹ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਹੈ ਇਹ ਇਹਦੇ ਹੱਥਾਂ ਚ ਖੇਡ ਰਹੇ ਨੇ, ਬੜੀਆਂ ਗੱਲਾਂ ਇੱਕ ਦੂਜੇ ਤੇ ਜਿਵੇਂ ਅਕਸਰ ਹੁੰਦੀਆਂ ਨੇ ਕੀਤੀਆਂ। ਮਿੰਟ ਨੀ ਲਾਇਆ ਦਾਦੂਵਾਲ, ਮਿੰਟ ਨੀ ਲਾਇਆ, ਨਾਲ ਦੀ ਨਾਲ ਜਵਾਬ ਦੇਤਾ, ਕਹਿੰਦੇ ਜੀ ਅਸੀਂ ਕਮਜ਼ੋਰ ਕਰ ਰਹੇ ਹਾਂ ਸਿੱਖੀ ਤੋਂ, ਕਮਜ਼ੋਰ ਤਾਂ ਤੁਸੀਂ ਉਦੋਂ ਨੀ, ਕੀ ਉਦੋਂ ਕਿਉਂ ਨੀ ਬੋਲੇ ਤੁਸੀਂ? ਜਥੇਦਾਰ ਨੂੰ ਵੀ ਸਿੱਧਾ ਅਟੈਕ ਹੋ ਗਏ ਨਾ, ਕਿ ਜਦੋਂ ਇਹ ਮਾਫ਼ੀ ਦੇ ਰਹੇ ਸੀ ਗੁਰਮੀਤ ਰਾਮ ਨੂੰ ਔਰ ਉਹਦੇ ਪੈਰਾਂ ਚ ਵੀ ਨੀ ਕਿਹਾ, ਉਹਦੇ ਖਰੜਿਆਂ ਦੇ ਥੱਲੇ ਖੋਡਿਆਂ ਦੇ ਵਿੱਚ ਜਾ ਕੇ ਬੈਠ ਗਏ ਸੀ ਤੁਸੀਂ ਉਹਦੇ, ਤੇ ਫਿਰ ਸਿੱਧਾ ਅਟੈਕ ਜਿਹੜਾ ਹੈ ਬਾਦਲ ਸਾਹਿਬ ਦੇ। ਮੈਂ ਤੁਹਾਨੂੰ ਦੱਸਿਆ ਕਿ ਕਾਫ਼ੀ ਹਾਲਾਤ ਸਿੱਖੀ ਦੀ ਜੇ ਆਪਾਂ ਗੱਲ ਕਰਦੇ ਹਾਂ ਜਾਂ ਅਕਾਲੀ ਦਲ ਦੀ, ਬਹੁਤ ਘੁੰਮਣ ਘੇਰੀ ਹੈ, ਤੇ ਉਹਦੇ ਵਿੱਚ ਹੀ ਫਿਰ ਐਡਵੋਕੇਟ ਧਾਮੀ ਸਾਹਿਬ ਕਹਿੰਦੇ ਇਹ ਸਾਰਾ ਕੁਛ RSS ਕਰਾ ਰਹੀ ਹੈ। ਉਹ ਭਾਈ RSS ਕਰਾ ਰਹੀ ਹੋ ਜੇ ਮੌਕਾ ਦਿੰਦੇ ਹੋ ਤਾਂ, ਜੇ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ ਨਾ ਤਾਂ ਹੀ ਹੁੰਦਾ ਨਾ। ਜੇ ਤੁਸੀਂ ਇਹ ਕੰਮ ਕੀਤਾ ਜਿਹੜਾ ਮਾਫ਼ੀ ਦੇਣ ਵਾਲਾ ਬੇਅਦਬੀ ਦਾ ਨਹੀਂ ਇਨਸਾਫ਼ ਦੇ ਸਕੇ ਤਾਂ ਫਿਰ RSS ਨੂੰ ਤਾਂ ਮੌਕਾ ਚਾਹੀਦਾ। ਉਹਨਾਂ ਨੇ ਦਿੱਲੀ ਕਮੇਟੀ ਤੇ ਵੀ ਇੱਧਰ ਵੀ ਆਪਦਾ ਅਸਰ ਪਾਉਣਾ ਸੀ, ਉਹ ਤਾਂ ਪਾਤਾ, ਪਰ ਕੌਣ ਜ਼ਿੰਮੇਵਾਰ ਹੈ ਇਹ ਵੀ ਦੇਖਣ ਵਾਲੀ ਗੱਲ ਹੈ। ਧਾਮੀ ਸਾਹਿਬ ਨੇ ਇਹ ਗੱਲ ਪਹਿਲਾਂ ਵੀ ਕਹੀ ਸੀ
ਕਿ ਜੀ ਜਿਹੜਾ ਅੱਜ ਕੱਲ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਲਈ ਇਹ ਸਾਰਾ ਕੁਛ ਚੱਲ ਰਿਹਾ ਹੈ। ਨਹੀਂ, ਉਹ ਤਾਂ ਲੋਕਾਂ ਨੇ ਦੇਖਣਾ, ਲੋਕ ਦੇਖਣਗੇ ਸਭ ਕੁਛ ਠੀਕ ਚੱਲ ਰਿਹਾ ਸ਼੍ਰੋਮਣੀ ਕਮੇਟੀ ਚ, ਸਾਰੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਠੀਕ ਨੇ, ਪ੍ਰਚਾਰ ਠੀਕ ਹੋ ਰਿਹਾ, ਤੇ ਜਿਹੜਾ ਤੁਸੀਂ ਪ੍ਰਬੰਧ ਠੀਕ ਹੈ, ਕਿਤੇ ਕੋਈ ਕਰਪਸ਼ਨ ਤਾਂ ਨਹੀਂ। ਤੇ ਜੇ ਤੁਸੀਂ ਇਹ ਦੇਖਣੀ ਹੈ ਵੀ ਕਰਪਸ਼ਨ ਹੈ ਜਾਂ ਨਹੀਂ, ਤਾਂ ਤੁਹਾਡੇ ਚੀਫ ਸੈਕਟਰੀ ਹੈ, ਤੁਹਾਡੇ ਮੂਹਰੇ ਉਹ ਗੱਲਾਂ ਕਰਕੇ ਗਿਆ, ਉਹ ਸੁਣ ਲਓ ਤੁਸੀਂ ਵੀ ਕਿੱਥੇ ਕੀ ਹੋ ਰਿਹਾ। ਸੋ ਇਹ ਸਾਰਾ ਕੁਛ ਹੀ ਕਾਫੀ ਗੜਬੜ ਹੈ। ਔਰ ਮੈਂ ਸਮਝਦਾ ਕਿ ਪੰਜਾਬ ਨੂੰ ਲੋੜ ਹੈ ਵੈਸੇ ਇਸ ਕਿਸਮ ਦੇ ਜਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਹੋਵੇ, ਪਰ ਜਦੋਂ ਪਾਰਟੀ ਆਪਦੇ ਸਿਧਾਂਤ ਛੱਡ ਜਾਵੇ ਫਿਰ ਬੜਾ ਮੁਸ਼ਕਲ ਆਉਂਦਾ। ਕੱਲ ਮੈਨੂੰ ਇੱਕ ਇਹਨਾਂ ਦਾ ਪੁਰਾਣਾ ਅਹੁਦੇਦਾਰ ਮਿਲਿਆ ਸੀ, ਉਹ ਕਹਿੰਦਾ ਜਦੋਂ ਵਾਜਪਾਈ ਸਾਹਿਬ ਨੇ ਹਰਿਆਣਾ ਚ ਇਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਆਓ, ਇਹ ਪੰਜਾਬ ਚ ਭਾਰਤੀ ਜਨਤਾ ਪਾਰਟੀ ਨਾਲ ਸੀ 14 ਚ, ਤੇ ਦੂਜੇ ਪਾਸੇ ਚਟਾਲਿਆਂ ਨਾਲ ਸੀ, ਤੇ ਚਟਾਲਿਆਂ ਨੇ ਫਿਰ ਬੜਾ ਬਿਜ਼ਨਸ ਚ ਸਾਥ ਦਿੱਤਾ ਹੋਇਆ ਸੀ। ਬਹੁਤ ਸਾਰੀਆਂ ਗੱਲਾਂ ਨੇ,